आप देख रहे हैं उकाड़ा एनिमल टीवी और मैं आपका मेजबान राय साकब अली जनाब अज भरावान लिए एक पहलन झूठी की वीडियो लैके हाजिर होए हैं। साड़ी लोकेशन जनाबे वाली पाक पतन शरीफ है तो भाई अली रजा को झूठी है पहलन प्योर ऐड सुलेमान की इलाके की। अल्लाह पाक ने माशाला सोहने बस्त लाए ने ते कोई दिहाड़े लै जाएगी मेरे हिसाब से कोई 15-10-15 इंशाल्लाह ताला फुल शकीन ने। तारीख अज 28 अगस्त 8वां महीना 2023 है तो बाकी गल्लां भाई अली रजा नाल होणगियां इंशाल्लाह ताला। ये भाई अली रजा नूं दात है जिहड़ा मेरे भरावां दे जे शौक करांदा अज तो कोई 10 दिन पहले इन्हां दी ना रत्ती पूरी मज दी वीडियो लगी सी बाकी एक वारी हाल हाल पै गई सी इन्नी अनमोल चीज़ सी ते बाकी भरावां लई इंशाल्लाह ताला मेहनत कोशिश करी दी। तुहानूं अगर वीडियो पसंद आवे ते दसना भी किस तरह का जानवर लग्या तुहानूं पहलन माशाला पूरी शकीन ने जी अल्लाह पाक ने जेडे हुसन दिता है ना कमाला है ते थलों अज तकर कोई दिहाड़े लै जाएगी ते बाकी चंगी बनेगी माशाला पूरे मैदान मारेगी शाह काली मुश्कन ते चेहरा चेहरे ते आके तो माशाला खीरी हो जाती जनाब चिट्टियां सफेद अखां ते छल्लियां रंगे सिंह ने ते सोहनी फबदी झोटी ते थन भी बड़ा कमाला दा जी माशाला पूरे रुग रुग दा एडी वड्डी झोटी ते थले तुन्नी छुन्नी है ही कोनी है। भाई अली रजा बोलिया कर अली रजा चन्नड़ साहब कोई बोलता ही कोनी है तू मठा मठा बोलना है नहीं नहीं माशाला मौका है तो तेरी गल सही है बाकी सोहना जानवर है जी माशाला पहलन झोटी ते फुल शकीन ने। हाँ जी मुश्किल ही है हाँ जी इतना जोर लाया भी मैं ना 3-4 दिन मोटरसाइकिल बजाया है एडी जोटी आई नहीं इस ते जाके रू राजी होया रू राजी होया मैं क्या फिरावा दा शौक करावण वास्ते फिर दिन त लावणे पोंदे लाणे पेंदे हां आए उदो तानू अतला दित्ती ते बाकी असि भी इंतजार को नहीं कीता भी इनू वेखिए भी किन्ने दिहाड़े लैंदी क्योंकि चंगी शाय जड़ी है ना सू दे विचो पै ना। हां अच्छा ਜਦੋਂ 11 ਤਰੀਕ ਹੋ ਸੀ ਉਦੋਂ ਮੈਂ ਇਹਦੀ ਸੂ ਮੁਕਣੀ ਹੈ ਅਗਲੇ ਮਹੀਨੇ 10ਵੇਂ ਮਹੀਨੇ ਅੱਛਾ ਹਾਂਜੀ ਭਾਈ ਚੰਨੜ ਸਾਹਿਬ ਕੀ ਕਹਿ ਰਿਹਾ ਜੇ ਦੱਸੋ ਸੂ ਦਾ ਡੋਡਾ ਇਨਸ਼ਾਅੱਲਾ ਦੋਹਰਾ ਕਰਦੇ ਸੀ ਅੱਛਾ ਮੈਂ ਲਿਬਾਸ ਕਰ ਸੀ ਬਹੁਤ ਪਿਓਰ ਜੋਤੀ ਹੈ ਨਸਲਦਾਰ ਆਮ ਜੋਤੀ ਨਹੀਂ ਹੈ ਆਮ ਨਹੀਂ ਹੈ ਸ਼ਕੀਨਣ ਹੈ ਸ਼ਕੀਨਣ ਫੁੱਲ ਅੱਛਾ ਇੰਨੀ ਕੋੜੀ ਮੱਝ ਦੀ ਕੋਈ ਨਹੀਂ ਹੈ ਹਾਂਜੀ ਤੇ ਸ਼ਾਹ ਕਾਲੀ ਮਾਜੇ ਥੋੜਾ ਹੀ ਕਰੀ ਭਾਈ ਚੰਨੜ ਬੋਲ ਅੱਛਾ ਬਾਕੀ ਸਫੈਦ ਚਿੱਟੀਆਂ ਨੇ ਅੱਛਾ ਵਹਾਓ ਜੀ ਇਹਦੀਆਂ ਅੱਖਾਂ ਵੀ ਵਹਾਓ ਐਂ ਨੂੰ ਕਰੋ ਨਾ ਚਿਹਰਾ ਥੋੜਾ ਜਿਹਾ ਮਾਸ਼ਾਅੱਲਾ ਕੀ ਬਾਤ ਹੈ ਜੀ ਇਸ ਉੱਤੇ ਸਾਡੇ ਕੋਲ ਤਾਂ ਫਿਰ ਬਸ ਹੀ ਹੈ ਬਸ ਹੀ ਹੈ ਬਾਕੀ ਉਹ ਸੋਹਣੇ ਮਾਲਕ ਦੀ ਜ਼ਾਤ ਹੈ ਜਿਹਨੂੰ ਚਾਵੇ ਬਸਤ ਲਾਵੇ ਤੇ ਸੋਹਣਾ ਜਾਨਵਰ ਹੈ ਤੇ ਵੇਖ ਕੇ ਨਾ ਮੋਟਾ ਥਾਣੇ ਛੁਆਰਾ ਥਾ ਇਨਸ਼ਾਅੱਲਾ ਅੱਛਾ ਪੂਰਾ ਅੱਛਾ ਤੇ ਚੰਗੀਆਂ ਮੱਝਾਂ ਚੋ ਹੈ ਤੇ ਬਾਕੀ ਥਣਾ ਦੀ ਵੰਡ ਛੰਡ ਵੀ ਬੜੀ ਸੋਹਣੀ ਪੂਰਾ ਰੋਗ ਰੋਗ ਦਾ ਥਾਣ ਹੈ ਮਾਸ਼ਾਅੱਲਾ ਤੇ ਅੱਛਾ ਅੱਛਾ ਮਾਸ਼ਾਅੱਲਾ ਜੀ ਭਾਈ ਅਲੀ ਰਜ਼ਾ ਦੀਆਂ ਤੁਹਾਨੂੰ ਗੱਲਾਂ ਸੁਣਾਈ ਜਾਂਦੇ ਆ ਤੇ ਚੀਜ਼ ਚੰਗੀ ਹੈ ਜਨਾਬ ਵੇਖੋ ਜਿੱਥੇ ਅੱਲਾ ਪਾਕ ਨੇ ਅੱਛਾ ਭਾਈ ਅਲੀ ਰਜ਼ਾ ਪਹਿਲਣ ਕੋਈ ਲਿਜਾਵੇ ਤੇ ਥਣਾ ਥੁਣਾ ਦੀ ਕੀ ਕੋਈ ਗਰੰਟੀ ਹੈ ਅੱਛਾ ਬਾਕੀ ਇਹ ਤਾਂ ਪਹਿਲਣਾ ਦੀ ਗਰੰਟੀ ਸ਼ਰੰਟੀ ਤਾਂ ਕੋਈ ਨਹੀਂ ਹੁੰਦੀ ਇਨਸ਼ਾਅੱਲਾ ਤਾਲਾ ਹੈ
ਜਿਹੜਾ ਖਾਣੇ ਨੂੰ ਲੱਗਿਆ ਹੋਇਆ ਨਾ ਮਾਰਿਆ ਕਰ ਠੀਕ ਹੈ ਜਾਨਵਰ ਚੰਗਾ ਜਿਤਨਾ ਵੀ ਲੇਖਾ ਮੈਂ ਲੈ ਲਵਾਂ ਜਿਤਨਾ ਵਕਤ ਕੀਤਾ ਨਾ ਮੈਂ 5 ਦਿਨ ਮੋਟਰਸਾਈਕਲ ਵਜਾਇਆ ਅੱਛਾ ਤੇ ਬਿਰਾਵਾਂ ਦੀ ਇਹ ਫੀਸ ਦੋਸੀ 9 ਲੱਖ ਦੀ 9 ਲੱਖ ਦੀ 9 ਲੱਖ ਦੇ ਵਿੱਚ ਵੀ ਕੋਈ ਪਿਆਰ ਮੁਹੱਬਤ ਹੈ ਭਾਈ ਨੇ ਕਸਮ ਨਹੀਂ ਖਾਦੀ ਲੇਕਿਨ ਪਿਆਰ ਮੁਹੱਬਤ ਹੀ ਬਾਕੀ ਜੀ ਭਾਈ ਅਲੀ ਰਜ਼ਾ ਕਹਿੰਦਾ ਵੀ ਸੋਨੇ ਦੀ ਕਦਰ ਸੋਨੇ ਦੀ ਕਦਰ ਸੁਨਾਰੇ ਨੂੰ ਹੁੰਦੀ ਹੈ ਤੇ ਲੋਹੇ ਦੀ ਕਦਰ ਜਿਹੜੀ ਨਾ ਲੋਹਾਰ ਨੂੰ ਹੁੰਦੀ ਹੈ ਤੇ ਇਨਸ਼ਾਅੱਲਾ ਤਾਲਾ ਟਰੱਕ ਨਹੀਂ ਹੈਗੇ ਹੈ ਤੇ ਸੋਨਾ ਜਿਹੜਾ ਨਾ ਮਾਸਿਆਂ ਤੇ ਟੋਲਿਆਂ ਨਾਲ ਤੁਲਣਾ ਹੈ ਹਾਂਜੀ ਬਾਕੀ ਮਾਸ਼ਾਅੱਲਾ ਜੀ ਸੋਹਣਾ ਜਾਨਵਰ ਹੈ ਤੇ ਭਾਈ ਅਲੀ ਰਜ਼ਾ ਨੇ ਕਿਹਾ ਜੀ 9 ਲੱਖ ਰੁਪਇਆ ਝੋਟੀ ਦਾ ਲੈਣਾ ਤੇ ਇਹਦੇ ਵਿੱਚ ਵੀ ਕੋਈ ਲਾਡ ਪਿਆਰ ਭਰਾਵਾਂ ਲਈ ਹੋਏਗਾ ਅਗਰ ਤੁਹਾਨੂੰ ਵੀਡੀਓ ਪਸੰਦ ਆਵੇ ਅੱਛਾ ਅੱਛਾ ਮੂੰਹੋਂ ਕਿਵੇਂ ਮੂੰਹੋਂ ਅੱਛਾ ਪੱਟ ਕੇ ਵੇਖਣਾ ਵੇਖੀ ਕੋ ਨਹੀਂ ਬਸ ਰਾਮ ਚੌਗੀ ਲਓ ਜੀ ਮੂੰਹੋਂ ਵੀ ਚੌਗੀ ਜੇ ਤੇ ਇਸ ਨਾਲ ਹੀ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਤੇ ਜਿੱਥੇ ਰਹੋ ਵੱਸਦੇ ਰਹੋ ਅੱਲਾ ਪਾਕ ਤੁਹਾਨੂੰ ਵੀ ਖੁਸ਼ ਰੱਖੇ ਤੇ ਭਾਈ ਅਲੀ ਰਜ਼ਾ ਜਿਹੜਾ ਤੁਹਾਡੇ ਸ਼ੌਕ ਕਰਾਉਂਦਾ ਮਾਸ਼ਾਅੱਲਾ ਜਾਨਵਰ ਇਹਨਾਂ ਕੋਲ ਕਾਫੀ ਨੇ ਹਾਂਜੀ ਹੈ ਤੇ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ ਪਾਕਿਸਤਾਨ ਜ਼ਿੰਦਾਬਾਦ ਜੀ ਅੱਲਾ ਹਾਫਿਜ਼ ਚਲੋ ਠੀਕ ਹੋ ਗਿਆ